ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਧੀਰ ਐਜੂਕੇਸ਼ਨ ਤੇ ਹਾਂਜੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜੋ ਪੋਸਟਾਂ ਕੱਢੀਆਂ ਗਈਆਂ ਸੀ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦੀਆਂ ਤੇ ਕਈ ਬੱਚਿਆਂ ਨੂੰ ਉਡੀਕ ਹੈ ਕਿ ਜੋ ਉਸਦਾ ਐਗਜ਼ਾਮ ਹੈ ਕਿ ਉਹ ਕਦੋਂ ਹੋਵੇਗਾ ਕਈ ਬੱਚੇ ਜਾਣਨਾ ਚਾਹੁੰਦੇ ਨੇ ਕਿ ਉਸ ਦੀ ਐਗਜ਼ਾਮ ਡੇਟ ਕੀ ਹੋਵੇਗੀ ਹਾਂਜੀ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿ ਹੁਣ ਚੋਣਾਂ ਦਾ ਟਾਈਮ ਹੈ ਚੋਣਾ ਜੋ ਹੋ ਜਾਣਗੇ ਫਰਵਰੀ ਦੇ ਵਿੱਚ ਮਾਰਚ ਦੇ ਵਿੱਚ ਉਹਨਾਂ ਦਾ ਰਿਜ਼ਲਟ ਆ ਜਾਊਗਾ ਉਸ ਤੋਂ ਬਾਅਦ ਜੋ ਜੋ ਵੀ ਭਰਤੀਆਂ ਰੁਕੀਆਂ ਹੋਈਆਂ ਨੇ ਜਿਨ੍ਹਾਂ ਦੇ ਐਗਜ਼ਾਮਸ ਹੋਣ ਵਾਲੇ ਨੇ ਉਹਨਾਂ ਦੇ ਐਗਜ਼ਾਮਸ ਹੋਣਗੇ ਤੇ ਜੋ ਜੋ ਭਰਤੀਆਂ ਥੋੜੀਆਂ ਬਹੁਤ ਜਿਹੜੀਆਂ ਰਹਿ ਗਈਆਂ ਹੋ ਸਕਦੀਆਂ ਨੇ ਉਹ ਆਊਟ ਹੋ ਜਾਣ ਠੀਕ ਹੈ ਜੀ ਜਦੋਂ ਨਵੀਂ ਸਰਕਾਰ ਬਣੂਗੀ ਪਰ ਭਰਤੀਆਂ ਤੇ ਨਵੀਂ ਸਰਕਾਰ ਦਾ ਕੋਈ ਅਸਰ ਨਹੀਂ ਹੋਵੇਗਾ ਕਈ ਬੱਚੇ ਸੋਚਦੇ ਹੋਮੋਂ ਹੋਣਗੇ ਕੀ ਨਵੀਂ ਸਰਕਾਰ ਬਣੂਗੀ ਉਸ ਤੋਂ ਬਾਅਦ ਮੰਤਰੀ ਬਣਨਗੇ ਉਸ ਤੋਂ ਬਾਅਦ ਕਿਤੇ ਜਾ ਕੇ ਬਹੁਤ ਟਾਈਮ ਲੱਗ ਜਾਣਾ ਪਰ ਅਜੇ ਹੁਣ ਕੁਝ ਨਹੀਂ ਕਿਉਂਕਿ ਜੋ ਇਹ ਪੇਪਰ ਲੈਣੇ ਹੁੰਦੇ ਨੇ ਹਰ ਇੱਕ ਡਿਪਾਰਟਮੈਂਟ ਦਾ ਆਪਣਾ ਲੱਗ ਪੇਪਰ ਹੁੰਦਾ ਹੈ ਜਿਵੇਂ ਪੀਪੀਐਸਸੀ ਦਾ ਪੇਪਰ ਹੈ ਉਸ ਦਾ ਜੋ ਚੇਅਰਮੈਨ ਹੈ ਜੋ ਵੀ ਉਸ ਦੇ ਸੈਕਟਰੀ ਨੇ ਚੇਅਰਮੈਨ ਨੇ ਉਹ ਉਹਨਾਂ ਦੀ ਦੇਖਰੇਖ ਹੇਠ ਜੋ ਪੇਪਰ ਹੁੰਦੇ ਨੇ ਇਹਨਾਂ ਦੇ ਵਿੱਚ ਇਹ ਕੋਈ ਚੱਕਰ ਨਹੀਂ ਹੁੰਦਾ ਕਿ ਚੋਣਾ ਹੋਣ ਗਿਆ ਉਸ ਤੋਂ ਬਾਅਦ ਸੀਐਮ ਤਾਂ ਜ਼ਰੂਰੀ ਹੁੰਦਾ ਕਿ ਸੀਐਮ ਬਣ ਜੂਗਾ ਠੀਕ ਹੈ ਪਰ ਤੁਸੀਂ ਇਹ ਉਮੀਦ ਨਾ ਰੱਖੋ ਕਿ ਸੀਐਮ ਜੋ ਚੀਫ ਮਨਿਸਟਰ ਬਣਨ ਤੋਂ ਬਹੁਤ ਟਾਈਮ ਲੱਗ ਜਾਣਾ ਹੈ ਕਿ ਪੇਪਰ ਹੋਣ ਨੂੰ ਇਹ ਹਜਾ ਕੁਝ ਨਹੀਂ ਹੋਵੇਗਾ ਜੋ ਪੇਪਰ ਹੈ ਇਸ ਦਾ ਉਹ ਜਲਦੀ ਉਹ ਅਪ੍ਰੈਲ ਜਾਂ ਮਈ ਦੇ ਵਿੱਚ ਇਸ ਦਾ ਪੇਪਰ ਲੈ ਲਿਆ ਜਾਵੇਗਾ ਕਿਉਂਕਿ ਜੋ ਪੀਪੀਐਸਸੀ ਹੈ ਇਸ ਦਾ ਜੋ ਨੈਬ ਤਹਿਸੀਲਦਾਰ ਦਾ ਪੇਪਰ ਹੈ ਉਹ ਆਈ ਥਿੰਕ 20 ਮਾਰਚ ਨੂੰ ਉਸ ਦਾ ਪੇਪਰ ਹੋਵੇਗਾ ਉਸ ਤੋਂ ਬਾਅਦ ਜੋ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦਾ ਪੇਪਰ ਹੈ ਉਹ ਜਲਦੀ ਹੀ ਇਸ ਦਾ ਪੇਪਰ ਲੈ ਲਿਆ ਜਾਵੇਗਾ ਤੇ ਬੱਚੇ ਜੋ ਜੋ ਵੀ ਤਿਆਰੀ ਕਰ ਰਹੇ ਨੇ ਉਹ ਆਪਣੀ ਵਧੀਆ ਤਰੀਕੇ ਨਾਲ ਤਿਆਰੀ ਕਰਨ ਕਿਉਂਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਸ ਦੇ ਵਿੱਚ ਜੋ ਕੰਪੀਟੀਸ਼ਨ ਆ ਬਹੁਤ ਹਾਈ ਹੁੰਦਾ ਹੈ ਤੇ ਜਿਹੜੀ ਤੁਹਾਡੀ ਇਹ ਪੋਸਟ ਹੈ ਇੱਕ ਬਹੁਤ ਹੀ ਵਧੀਆ ਪੋਸਟ ਹੈ ਤੇ ਉੱਚੇ ਲੈਵਲ ਦੀ ਪੋਸਟ ਹੈ ਠੀਕ ਹੈ ਜੀ ਇਹ ਜੋ ਇਹ ਜੋ ਤੁਹਾਡੀਆਂ ਪੋਸਟਾਂ ਨੇ ਇਹ 2-3 ਸਾਲ ਬਾਅਦ ਇਹ ਪੋਸਟਾਂ ਨਿਕਲਦੀਆਂ ਨੇ ਬਹੁਤ ਸਾਰੇ ਬੱਚਿਆਂ ਨੂੰ ਇਸ ਪੋਸਟ ਦਾ ਇੰਤਜ਼ਾਰ ਹੁੰਦਾ ਹੁਣ ਵੀ ਪੋਸਟਾਂ ਨਿਕਲਣ ਤੋਂ ਪਹਿਲਾਂ ਵੀ ਬਹੁਤ ਸਾਰੇ ਬੱਚਿਆਂ ਨੂੰ ਇੰਤਜ਼ਾਰ ਸੀ ਕਿ ਪੋਸਟਾਂ ਕਦੋਂ ਨਿਕਲਣਗੀਆਂ ਠੀਕ ਹੈ ਜੀ ਇਹ ਤੁਹਾਨੂੰ ਇੱਕ ਵਧੀਆ ਮੌਕਾ ਹੈ ਕਿ ਵਿੱਚ ਜੋ ਚੋਣਾਂ ਆ ਗਈਆਂ ਉਸ ਕਰਕੇ ਤੁਹਾਨੂੰ ਜੋ ਸਮਾਂ ਹੈ 2-3 ਮਹੀਨੇ ਦਾ ਤੁਹਾਨੂੰ ਮਿਲ ਗਿਆ ਇਹ ਫਰਵਰੀ ਦਾ ਮਾਰਚ ਦਾ ਅਪ੍ਰੈਲ ਦਾ ਮਹੀਨਾ ਤੁਹਾਡੇ ਕੋਲ 2-3 ਮਹੀਨੇ ਹੈਗੇ ਨੇ ਹੋ ਸਕਦਾ ਅਪ੍ਰੈਲ ਦੇ ਐਂਡ ਦੇ ਵਿੱਚ ਜਾਂ ਮਈ ਦੇ ਵਿੱਚ ਤੁਹਾਡਾ ਜੋ ਐਗਜ਼ਾਮ ਹੈ ਇਹ ਲੈ ਲਿਆ ਜਾਵੇ ਜੋ ਜੋ ਵੀ ਬੱਚੇ ਤਿਆਰੀ ਕਰ ਰਹੇ ਨੇ ਜਿਨ੍ਹਾਂ ਦੀ ਵਧੀਆ ਤਿਆਰੀ ਹੋਈ ਹੋਈ ਹੈ ਕਿਉਂਕਿ ਇਸ ਦੇ ਵਿੱਚ ਸਬਜੈਕਟ ਜੀਕੇ ਹੁੰਦੀ ਹੈ ਰੀਜ਼ਨਿੰਗ ਹੁੰਦੀ ਹੈ ਜਿਨ੍ਹਾਂ ਦੀ ਵਧੀਆ ਤਿਆਰੀ ਹੋਈ ਹੋਈ ਹੈ ਉਹ ਮੌਕ ਟੈਸਟ ਜਿਆਦਾ ਤੋਂ ਜਿਆਦਾ ਇੱਕ ਦਿਨ ਦੇ ਵਿੱਚ ਇੱਕ ਜਾਂ ਦੋ ਮੌਕ ਟੈਸਟ ਜ਼ਰੂਰ ਲਗਾਉਣ ਇਨ੍ਹਾਂ ਦੇ ਨਾਲ ਉਹਨਾਂ ਦੀ ਤਿਆਰੀ ਵੀ ਵਧੀਆ ਹੋ ਜਾਂਦੀ ਹੈ ਤੇ ਜੋ ਸਪੀਡ ਹੈ ਇੱਕ ਪੇਪਰ ਕਰਨ ਦੀ ਸਪੀਡ ਉਹ ਵੀ ਵਧੀਆ ਬਣ ਜਾਂਦੀ ਹੈ ਤੇ ਇਸ ਦੇ ਨਾਲ ਤਿਆਰੀ ਵੀ ਵਧੀਆ ਢੰਗ ਦੇ ਨਾਲ ਹੋ ਜਾਂਦੀ ਹੈ ਤੇ ਬਾਕੀ ਜਿਹੜੇ ਬੱਚੇ ਅਜੇ ਤਿਆਰੀ ਕਰ ਰਹੇ ਨੇ ਜਿਨ੍ਹਾਂ ਦੀ ਚੰਗੀ ਤਰ੍ਹਾਂ ਤਿਆਰੀ ਨਹੀਂ ਹੈਗੀ ਉਹਨਾਂ ਕੋਲ 2-3 ਮਹੀਨੇ ਹੈਗੇ ਨੇ ਉਹ ਆਪਣੀ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਨੇ 2-3 ਮਹੀਨੇ ਦੇ ਵਿੱਚ ਇਸ ਦੀ ਤਿਆਰੀ ਹੋ ਜਾਂਦੀ ਹੈ ਕਿਉਂਕਿ ਇਸ ਦੇ ਵਿੱਚ ਕੋਈ ਜ਼ਿਆਦਾ ਸਬਜੈਕਟ ਨਹੀਂ ਹੁੰਦੇ ਦੋ ਹੀ ਸਬਜੈਕਟ ਨੇ ਪਿਛਲੀ ਵਾਰ ਜੋ ਇਸ ਦਾ ਪੇਪਰ ਹੋਇਆ ਸੀ ਉਸ ਦੇ ਵਿੱਚ ਕੋਈ 네ਗੇਟਿਵ ਮਾਰਕਿੰਗ ਵੀ ਨਹੀਂ ਸੀ ਤਾਂ ਪੇਪਰ ਦਾ ਜੋ ਕੰਪੀਟੀਸ਼ਨ ਕੰਪੀਟੀਸ਼ਨ ਸੀ ਇਸ ਦੇ ਨਾਲ ਹਾਈ ਸੀ ਇਸ ਵਾਰ ਵੀ ਕੰਪੀਟੀਸ਼ਨ ਹਾਈ ਹੈ ਪਰ ਇਸ ਵਾਰ ਜੋ 네ਗੇਟਿਵ ਮਾਰਕਿੰਗ ਹੈ ਇਸ ਪੇਪਰ ਦੇ ਵਿੱਚ ਉਹ ਰੱਖ ਦਿੱਤੀ ਗਈ ਹੈ ਇਸ ਕਰਕੇ ਜੋ ਇਸ ਦਾ ਪੇਪਰ ਦਾ ਜੋ ਕੰਪੀਟੀਸ਼ਨ ਹਾਈ ਇਸ ਵਾਰ ਵੀ ਹੋਵੇਗਾ ਕਿਉਂਕਿ ਬਹੁਤ ਸਾਰੇ ਬੱਚੇ ਨੇ ਜੋ ਇਸ ਪੇਪਰ ਦੀ ਤਿਆਰੀ ਕਰਦੇ ਨੇ ਬਹੁਤ ਪਹਿਲਾਂ ਤੋਂ ਕਰ ਰਹੇ ਨੇ ਇਸ ਪੇਪਰ ਦੀ ਤਿਆਰੀ ਬਾਕੀ ਜੋ ਨਵੇਂ ਸਟੂਡੈਂਟਸ ਨੇ ਉਹ ਵੀ ਘਬਰਾਉਣ ਨਾ ਵਧੀਆ ਤਰੀਕੇ ਨਾਲ ਤਿਆਰੀ ਕਰਨ ਹੋ ਸਕਦਾ ਹੈ ਕਿ ਉਹਨਾਂ ਦਾ ਕਈ ਬੱਚਿਆਂ ਦਾ ਇਹ ਪਹਿਲਾ ਅਟੈਂਪਟ ਹੋਵੇ ਤੇ ਫਰਸਟ ਅਟੈਂਪਟ ਦੇ ਵਿੱਚ ਬਹੁਤ ਸਾਰੇ ਬੱਚਿਆਂ ਦਾ ਪੇਪਰ ਹੈ ਜੋ ਕਲੀਅਰ ਹੋ ਜਾਂਦਾ ਹੈ ਬਾਕੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਕੋਈ ਵੀ ਭਰਤੀ ਨੂੰ ਲੈ ਕੇ ਚਾਹੇ ਉਹ ਕੋਈ ਵੀ ਪੰਜਾਬ ਪੁਲਿਸ ਦੀ ਭਰਤੀ ਹੋਵੇ ਜਾਂ ਕੋਈ ਹੋਰ ਡਿਪਾਰਟਮੈਂਟ ਦੀ ਭਰਤੀ ਹੋਵੇ ਜੇ ਤੁਹਾਡਾ ਕੋਈ ਕੋਈ ਸਵਾਲ ਹੈ ਸਾਡੇ ਤੋਂ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਨੂੰ ਪੁੱਛਿਓ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਦਾ ਜਵਾਬ ਦੇ ਸਕੀਏ ਅਸੀਂ ਅੱਗੇ ਵੀ ਇਹੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਬੱਚਿਆਂ ਦੇ ਜੋ-ਜੋ ਵੀ ਸਵਾਲ ਨੇ ਉਹਨਾਂ ਦਾ ਜਵਾਬ ਦਿੱਤਾ ਜਾਵੇ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਜਾਂ ਤੁਸੀਂ ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਬਾਕੀ ਤੁਹਾਨੂੰ ਕੁਝ ਪੁੱਛਣਾ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਬਾਕੀ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ